ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਜਿਸ ਮਾਹੌਲ ਦੇ ਵਿੱਚੋਂ ਲੰਘ ਰਹੇ ਹਾਂ ਪੂਰੀ ਮਨੁੱਖਤਾ ਪੂਰੇ ਸੰਸਾਰ ਵੱਲ ਤੁਸੀਂ ਨਿਗਾਹ ਮਾਰ ਕੇ ਵੇਖੋ ਕੁਦਰਤੀ ਕਹ ਲੋ ਭਈ ਸਾਡਾ ਜਨਮ ਜਾਂ ਅਸੀਂ ਜਿਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਆਪਾਂ ਸਾਰੇ ਜਾਣੇ ਇਹ ਦੌਰ ਕੁਛ ਇਦਾਂ ਦਾ ਹੈਗਾ ਭਈ ਕਈ ਵਾਰ ਇਹ ਲੱਗਦਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਸਾਡੇ ਵੇਖਦਿਆਂ 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 ਸਾਰੀ ਦੀ ਸਾਰੀ ਮਨੁੱਖਤਾ ਸਾਰੀ ਬਨਸਪਤੀ ਸਾਰੀ ਮਨੁੱਖ ਜਾਤੀ ਕੀੜੇ ਮਕੌੜੇ ਇਥੋਂ ਤੱਕ ਕਿ ਆ ਜਿਹੜੀ ਧਰਤੀ ਆ ਜਿੱਥੇ ਆਪਾਂ ਤੁਰ ਰਹੇ ਹੈਗੇ ਆ ਘੁੰਮ ਰਹੇ ਆ ਰਹਿ ਰਹੇ ਆ ਐਉਂ ਲੱਗਦਾ ਵੀ ਸਾਰਾ ਕੁਝ ਨਾ ਜਲਦੀ ਹੀ ਤਬਾਹ ਹੋਣ ਜਾ ਰਿਹਾ ਹੈਗਾ ਐਉਂ ਲੱਗਦਾ ਕਈ ਵਾਰ ਉਹਦੀ ਵਜ੍ਹਾ ਕੀ ਹੈਗੀ ਆ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਮਨੁੱਖਾਂ ਨੇ ਵਿਕਾਸ ਦੇ ਨਾਂ ਦੇ ਉੱਪਰ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੈ ਇੱਕ ਉਹ ਸਾਰਾ ਕੁਝ ਸਾਡੇ ਸਾਹਮਣੇ ਆ ਇਸ ਤੋਂ ਇਲਾਵਾ ਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਸਾਨੂੰ ਪਹਿਲਾਂ ਇਹਨੂੰ ਇਹ ਸਿਗਾ ਪਏ ਅਸੀਂ ਦੂਜੇ ਦਾ ਵਿਨਾਸ਼ ਕਰਨ ਦੇ ਵਾਸਤੇ ਦੂਜੇ ਦਾ ਸਤਿਆਨਾਸ਼ ਦੂਜੇ ਦਾ ਬੇੜਾਗਰਕ ਕਰਨ ਦੇ ਵਾਸਤੇ ਕੁਝ ਸਮਾਨ ਬਣਾਇਆ ਹੈਗਾ ਪਰ ਦਰਅਸਲ ਐਦਾ ਨਹੀਂ ਹੈਗਾ ਅਸੀਂ ਮਨੁੱਖਾਂ ਨੇ ਆਪਣਾ ਹੀ ਨੁਕਸਾਨ ਕਰਨ ਦੇ ਵਾਸਤੇ ਬਹੁਤ ਸਾਰੀਆਂ ਐਦਾਂ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਹਦੇ ਵਿੱਚੋਂ ਇੱਕ ਹੈ ਪਰਮਾਣੂ ਬੰਬ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਦਰਸ਼ਕੋ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਤਾਂ ਗੁਰਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ ਕਿ ਪ੍ਰਮਾਤਮਾ ਇੱਕ ਹੈ ਔਰ ਆਪਾਂ ਸਾਰੇ ਜਾਣੇ ਉਸ ਇੱਕ ਅਕਾਲ ਪੁਰਖ ਦੀਆਂ ਔਲਾਦਾਂ ਹਾਂ ਸੋ ਉਹਦੇ ਨਾਤੇ ਆਪਾਂ ਸਾਰੇ ਜਾਣੇ ਕੌਣ ਹੋਏ ਭਲਾ ਭਾਈ ਭਾਈ ਆਪਾਂ ਸਾਰੇ ਜਾਣੇ ਭਾਈ ਭਾਈ ਹੋਏ ਔਰ ਜਿਹੜੀ ਗੁਰਬਾਣੀਆਂ ਸਾਨੂੰ ਉਹ ਗੁਰਬਾਣੀ ਸਾਨੂੰ ਕਿਸੇ ਇੱਕ ਫਿਰਕੇ ਦੇ ਨਾਲ ਤੱਕ ਸੀਮਤ ਨਹੀਂ ਹੈ ਗੁਰਬਾਣੀ ਗੁਰਬਾਣੀ ਹੱਦਾਂ ਸਰਹੱਦਾਂ ਫਿਰਕੇ ਧਰਮ ਸਾਰੇ ਕਾਸੇ ਤੋਂ ਕੋਹਾ ਦੂਰ ਜਾ ਕੇ ਨਾ ਪੂਰੀ ਦੀ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਹੈ ਗੁਰਬਾਣੀ ਇਹ ਨਹੀਂ ਹੈ ਕਿ ਇਕੱਲੇ ਪੰਜਾਬ ਤੱਕ ਸੀਮਤ ਹੈ ਵੀ ਪੰਜਾਬ ਦੇ ਲੋਕਾਂ ਵਾਸਤੇ ਹੈ ਜਾਂ ਭਾਰਤ ਦੇ ਲੋਕਾਂ ਵਾਸਤੇ ਹੈ ਅਮਰੀਕਾ ਵਾਲੇ ਵਾਸਤੇ ਨਹੀਂ ਹੈ ਨਾ ਐਦਾਂ ਨਹੀਂ ਹੈ ਪੂਰੀ ਮਨੁੱਖਤਾ ਦੇ ਵਾਸਤੇ ਪੂਰੇ ਬ੍ਰਹਿਮੰਡ ਦੇ ਵਾਸਤੇ ਇਹ ਗੁਰਬਾਣੀ ਦੇ ਸਿਧਾਂਤ ਹਰ ਜਗ੍ਹਾ ਲਾਗੂ ਹੁੰਦੇ ਆ ਗੁਰਬਾਣੀ ਨੂੰ ਜੇ ਗੋਹ ਨਾਲ ਪੜੀਏ ਅਰਥਾਂ ਸਹਿਤ ਇੱਕ ਵਾਰ ਪੜੀਏ ਤਾਂ ਸਾਨੂੰ ਇਸ ਗੱਲ ਦੀ ਸਮਝ ਆ ਜਾਊਗੀ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਗਾ ਕਿ ਅਸੀਂ ਮਨੁੱਖਾਂ ਨੇ ਕੀਤਾ ਕੀ ਹੈਗਾ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਤੇ ਅਸੀਂ ਬਾਰਕ ਜੀ ਕਿ ਇੱਕ ਪਰਮਾਤਮਾ ਦੇ ਬਾਰਕ ਇੱਕ ਪਿਤਾ ਦੇ ਬੱਚੇ ਹੋਣ ਦੇ ਬਾਵਜੂਦ ਸਾਨੂੰ ਇਹ ਲੱਗਦਾ ਕਿ ਉਹ ਸਾਡਾ ਦੁਸ਼ਮਣ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਵੀ ਸਾਡਾ ਦੁਸ਼ਮਣ ਵਾ ਸੋ ਇੱਕ ਦੂਸਰੇ ਦਿਨਾਂ ਨਾਲ ਅਸੀਂ ਦੁਸ਼ਮਣੀਆਂ ਪਾਲੀਆਂ ਹੋਈਆਂ ਇਦਾਂ ਹੀ ਇਹ ਜਿਹੜੀਆਂ ਦੁਸ਼ਮਣੀਆਂ ਨੇ ਵਧਦੀਆਂ 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 ਅਸੀਂ ਮਨੁੱਖਾਂ ਨੇ ਸਿਸਟਮ ਕੁਛ ਇਦਾਂ ਦਾ ਕੀਤਾ ਮਹੱਲੇ ਬਣ ਗਏ ਪਿੰਡ ਬਣ ਗਏ ਸ਼ਹਿਰ ਬਣ ਗਏ ਸਟੇਟਾਂ ਬਣ ਗਈਆਂ ਮੁਲਕ ਬਣ ਗਏ ਪੂਰਾ ਸਾਰਾ ਕੁਝ ਇਦਾਂ ਦਾ ਸਿਸਟਮ ਬਣ ਗਿਆ ਔਰ ਉਹਨੂੰ ਹੱਦਾਂ ਸਰਦਾਂ ਦੇ ਵਿੱਚ ਆਪਾਂ ਬੰਨ ਲਿਆ ਬੰਨਣ ਤੋਂ ਬਾਅਦ ਕੀ ਕੀਤਾ ਫਿਰ ਇਹ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਉਹ ਫਲਾਣੇ ਦਾ ਇਲਾਕਾ ਹੈਗਾ ਨਾ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਤੇ ਕਾਬਜ਼ ਹੋ ਜਾਵਾਂ ਇਦਾਂ ਵੀ ਚੱਲ ਰਿਹਾ ਸਾਰਾ ਕੁਝ ਪਹਿਲਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲਦਾ ਆ ਰਿਹਾ ਸਾਰਾ ਕੁਝ ਇਹ ਪਰਮਾਣੂ ਬੰਬ ਦੀ ਆਪਾਂ ਗੱਲ ਕਰਦੇ ਹਾਂ ਜਿਹੜਾ ਦਿਨ ਅੱਜ ਹੈਗਾ 6 ਤਰੀਕਾ ਜੀ ਅੱਜ 6 ਅਗਸਤ ਉਹਦੇ ਨਾਲ ਜੁੜੀ ਹੋਈ ਘਟਨਾ ਮੈਂ ਤੁਹਾਨੂੰ ਦੱਸਣ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਕਿ ਜਿਸ ਦੌਰ ਦੇ ਵਿੱਚੋਂ ਆਪਾਂ ਸਾਰੇ ਲੰਘ ਰਹੇ ਹਾਂ ਨਾ ਦੌਰ ਇਹ ਇਦਾਂ ਦਾ ਹੈਗਾ ਕਿ ਐਂ ਲੱਗਦਾ ਕਿ ਸਾਰਾ ਕੁਝ ਖਤਮ ਹੋਣ ਵਾਲਾ ਆ ਧਰਤੀ ਬਲਸਪਤ ਜੀਵ ਜੰਤੂ ਅਸੀਂ ਮਨੁੱਖ ਅਸੀਂ ਸਾਰੇ ਖਤਮ ਹੋਣ ਜਾ ਰਹੇ ਹਾਂ ਐਂ ਲੱਗਦਾ ਕਈ ਵਾਰ ਇਸ ਪਰਮਾਣੂ ਬੰਬ ਦੀ ਬਦੌਲਤ ਸਾਰੇ ਮੁਲਕ ਜਿੰਨੇ ਵੀ ਹੈਗੇ ਆ ਉਹ ਤੇ ਤੋਪਾਂ ਬੀੜ ਕੇ ਬੈਠੇ ਹੋ ਆ ਉਹ ਮਜ਼ਾਈਲਾਂ ਗੱਡ ਕੇ ਬੈਠੇ ਆ ਪਰਮਾਣੂ ਬੰਬ ਗੱਡੀ ਬੈਠੇ ਆ ਵੀ ਅੱਛਾ ਅਸੀਂ ਤੁਹਾਨੂੰ ਖਤਮ ਕਰ ਦੇਾਂਗੇ ਮੈਂ ਬੇਨਤੀ ਕਰਾਂ ਇੱਧਰ ਵਾਲੇ ਉਧਰਲੇਆਂ ਨੂੰ ਗਰਕ ਕਰ ਦੇਣ ਉਧਰ ਵਾਲੇ ਇੱਧਰਲੇਆਂ ਨੂੰ ਗਰਕ ਕਰ ਦੇਣਗੇ ਐਦਾਂ ਦੇ ਹਾਲਾਤ ਬਣੇ ਹੋਏ ਆ ਮੈਂ ਤੁਹਾਨੂੰ ਦੱਸਦਾ ਐ ਕਿ ਜਿਹੜਾ ਅੱਜ ਦਾ ਦਿਨ ਉਹ 6 6 ਤਰੀਕ 6 ਅਗਸਤ ਤੋਂ 9 ਅਗਸਤ 1945 ਦਾ ਉਹ ਮਨਹੂਸ ਦਿਹਾੜਾ ਜਦੋਂ ਅਮਰੀਕੀ ਸਾਮਰਾਜ ਨੇ ਇਹ ਆਰਟੀਕਲ ਛਪਾਇਆ ਇੱਕ ਅਖਬਾਰ ਦੇ ਵਿੱਚ ਅ ਪ੍ਰਥੀਪਾਲ ਸਿੰਘ ਮਾੜੀ ਮੇਗਾ ਉਹਨਾਂ ਦਾ ਲਿਖਿਆ ਹੋਇਆ ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਸਾਰਾ ਕੁਝ ਭਈ ਜਾਪਾਨ ਦੇ ਸ਼ਹਿਰ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਉੱਪਰ ਅਮਰੀਕੀ ਸਾਮਰਾਜ ਨੇ ਸਨ 1945 ਵਿੱਚ 6 ਤੇ 9 ਅਗਸਤ ਨੂੰ ਉੱਥੇ ਐਟਮਿਕ ਬੰਬ ਸੁੱਟੇ ਸੀਗੇ ਹਿਰੋਸ਼ੀਮਾ ਤੇ ਨਾਗਾਸਾਕੀ ਔਰ ਜਿਹੜੇ ਘੁਗ ਵਸਦੇ ਸ਼ਹਿਰ ਸੀਗੇ ਬੜੇ ਸੁੰਦਰ ਸਾਰਾ ਕੁਝ ਜਿਹੜਾ ਸੀ ਧੂੜ ਘੱਟੇ ਦੇ ਵਿੱਚ ਤਬਦੀਲ ਹੋ ਗਿਆ ਸਾਰਾ ਕੁਝ ਔਰ ਜਿਹੜੀ ਖਾਸ ਉੱਥੇ ਉਸ ਤੋਂ ਬਾਅਦ ਘਟਨਾ ਜੋ ਹੋਈ ਉਹਦੇ ਜੋ ਨਤੀਜੇ ਆਏ ਉਹ ਨਤੀਜੇ ਇਹ ਨਿਕਲੇ ਕਿ ਹੁਣ ਤੁਸੀਂ ਵੇਖੋ ਕਿੱਥੇ ਮਹਿਲ ਬਣਿਓ ਆ ਘਰ-ਬਾਰ ਵਧੀਆ ਸੁੰਦਰ ਇਮਾਰਤਾਂ ਸਾਰਾ ਕੁਝ ਦਰਖਤ ਬੇਲ ਬੂਟੀਆਂ ਸਾਰਾ ਹੁਣ ਉਹ ਸਾਰਾ ਕੁਝ ਖੰਡਰਾਂ ਦੇ ਵਿੱਚ ਤਬਦੀਲ ਹੋ ਗਿਆ ਔਰ ਉਹਦੇ ਵਿੱਚ ਦੱਸਦੇ ਆ ਕਿ ਇਹਨਾਂ ਬੰਬਾਂ ਦੇ ਨਾਲ 1,50,000 ਮਰਦ ਔਰਤਾਂ ਤੇ ਬੱਚੇ ਮੌਕੇ ਤੇ ਹੀ ਮਰ ਗਏ ਸੀਗੇ ਮੌਕੇ ਤੇ ਹੀ ਜਿਹਨਾਂ ਦੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਇਹਨਾਂ ਬੰਬਾਂ ਦੇ ਨਾਲ ਪ੍ਰਭਾਵਿਤ ਜਿਹੜੇ ਹੋ ਗਏ ਕੋਈ ਬਿਮਾਰ ਹੋ ਗਿਆ ਕੋਈ ਜ਼ਖਮੀ ਹੋ ਗਿਆ ਕਹਿ ਲਓ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਗਿਣਤੀ ਆ ਨਾ 1950 ਤੱਕ ਭਾਵ ਕੇ ਪੰਜਾਂ ਵਰਿਆਂ ਤੱਕ ਪਹੁੰਚਦੇ ਆ ਪਹੁੰਚਦੇ ਆ ਇਹਨਾਂ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਭਾਵ ਕਿ 3 ਲੱਖ 3 ਲੱਖ ਤੋਂ ਵੀ ਪਾਰ ਹੋ ਗਈ ਸੀ ਇਹ ਜਿਹੜੀ ਸਟੋਰੀ ਹੈਗੀ ਮੈਂ ਤੁਹਾਨੂੰ ਦੱਸ ਰਿਹਾ ਸਟੋਰੀ ਲੰਮੀ ਚੌੜੀ ਆ ਭਈ ਇਹ ਜਿਹੜੀ ਜੰਗ ਹੋਈ ਸੀਗੀ ਕਿਉਂ ਇਹ ਅਮਰੀਕਾ ਨੇ ਉੱਥੇ ਬੰਬਾਰੀ ਕੀਤੀ ਸੀਗੀ ਕਾਰਨ ਕੀ ਸੀਗੇ ਉਹ ਇੱਕ ਲੰਮਾ ਚੌੜਾ ਤੇ ਇੱਕ ਵੱਖਰਾ ਵਿਸ਼ਾ ਹੈਗਾ ਪਰ ਜਿਹੜੀ ਗੱਲ ਮੈਂ ਕਰ ਰਿਹਾ ਹੈਗਾ ਇਹ ਜਿਹੜੇ ਐਟਮ ਬੰਬ ਹੈਗੇ ਦੂਸਰੀ ਸੰਸਾਰ ਜੰਗ ਜਿਹੜੀ ਕਿ 191939 ਤੋਂ ਲੈ ਕੇ ਤੇ 29 1945 ਤੱਕ ਚੱਲੀ ਸੀਗੀ ਉਹਦੇ ਖਾਤਮੇ ਤੋਂ 1 ਮਹੀਨਾ ਪਹਿਲਾਂ ਇਹ ਅਮਰੀਕਾ ਨੇ ਉੱਥੇ ਬੰਬ ਛੁੱਟੇ ਸੀਗੇ ਔਰ ਉਸ ਤੋਂ ਬਾਅਦ ਜੋ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਸਰਚ ਕਰ ਲਓ ਗੂਗਲ ਦੇ ਉੱਪਰ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਹਿੰਦੇ ਭਈ ਉਸ ਤੋਂ ਬਾਅਦ ਨਾ ਇਹਨਾਂ ਦੋਹਾਂ ਹੀ ਮੁਲਕਾਂ ਸ਼ਹਿਰਾਂ ਦੇ ਵਿੱਚ ਜਾਪਾਨ ਦੇ ਜਿਹੜੇ ਇਹ ਸ਼ਹਿਰ ਹੈਗੇ ਹਿਰੋਸ਼ੀਮਾ ਤੇ ਨਾਗਾਸਾਕੀ ਉੱਥੇ ਜਿਹੜੇ ਅਗਾ ਬੱਚੇ ਪੈਦਾ ਹੁੰਦੇ ਸੀਗੇ ਨਾ ਪਰਿਵਾਰਾਂ ਦੇ ਵਿੱਚ ਉਹ ਬੱਚੇ ਵੀ ਕੋਈ ਅਪਾਹਜ ਪੈਦਾ ਹੋ ਰਿਹਾ ਕੋਈ ਅੰਗਹੀਨ ਪੈਦਾ ਹੋ ਰਿਹਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਸੋ ਇਦਾਂ ਦੇ ਹਾਲਾਤ ਉੱਥੇ ਬਣ ਗਏ ਸੀਗੇ ਇੰਨੇ ਜ਼ਿਆਦਾ ਘਾਤਕ ਨੇ ਇਹ ਐਟਮੀ ਬੰਬ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਹ ਜਿਹੜੇ ਬੰਬ ਹੈਗੇ ਆ ਹੁਣ ਤੁਸੀਂ ਦੇਖੋ ਹਥਿਆਰਾਂ ਦੇ ਉੱਪਰ ਕਿੰਨਾ ਪੈਸਾ ਖਰਚਾ ਕੀਤਾ ਜਾਂਦਾ ਹੈਗਾ ਜਿੱਦਾਂ ਮੈਂ ਪਹਿਲਾਂ ਗੁਰਬਾਣੀ ਦੀ ਗੱਲ ਕਰਕੇ ਹਟਿਆ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਹੁਣ ਭਰਾ ਭਰਾ ਜਿਹੜੇ ਸੀਗੇ ਉਹ ਆਪਸ ਵਿੱਚ ਇੱਕ ਦੂਜੇ ਦੇ ਨਾਲ ਤੁਸੀਂ ਵੇਖੋ ਕਿਦਾਂ ਲੜ ਰਹੇ ਆ ਕਿਦਾਂ ਇੱਕ ਦੂਜੇ ਨਾਲ ਖਹਿੜੜ ਰਹੇ ਆ ਸਾਰੇ ਇਕੱਠੇ ਸੀਗੇ ਜੇ ਤਾਂ ਹੁਣ ਚੇਤਾ ਰਵੇ ਇਹ ਗੱਲ ਯਾਦ ਰਹੇ ਗੁਰਬਾਣੀ ਵੀ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਪ੍ਰਮਾਤਮਾ ਨੂੰ ਯਾਦ ਰੱਖੋ ਹੁਣ ਜਦੋਂ ਸਾਨੂੰ ਪ੍ਰਮਾਤਮਾ ਚੇਤੇ ਆ ਮੈਨੂੰ ਹੁਣ ਯਾਦ ਆ ਕਿ ਮੇਰਾ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਹੈ ਜੇ ਮੈਨੂੰ ਇਹ ਗੱਲ ਯਾਦ ਰਹੇ ਫਿਰ ਮੈਨੂੰ ਇਹ ਵੀ ਨਾਲ ਯਾਦ ਰਹੂਗਾ ਕਿ ਜਿਹੜੇ ਮੇਰੇ ਨਾਲ ਸੱਜੇ ਖਬੇ ਹੋਰ ਤੁਰੇ ਫਿਰਦੇ ਆਂ ਵੀ ਉਹ ਵੀ ਉਹਦੀਆਂ ਹੀ ਔਲਾਦਾ ਨੇ ਉਹਦੇ ਨਾਤੇ ਫਿਰ ਮੈਨੂੰ ਲੱਗੂਗਾ ਕਿ ਨਹੀਂ ਇਹ ਵੀ ਮੇਰਾ ਭਾਈ ਆ ਫਿਰ ਮੈਂ ਉਹਨੂੰ ਉਸ ਤਰੀਕੇ ਦੇ ਨਾਲ ਟ੍ਰੀਟ ਕਰੂੰਗਾ ਪਰ ਉਹਨਾ ਹਾਲਾਤ ਕੁਛ ਇਦਾਂ ਦੇ ਆ ਆ ਵੀ ਹਾਲਾਤ ਇਦਾਂ ਹੀ ਹੋਈ ਸਕੇ ਜਿਹੜਿਆ ਮੈਂ ਬੰਬਾਂ ਦੀ ਤੁਹਾਨੂੰ ਗੱਲ ਦੱਸ ਕੇ ਹਟਿਆ ਇੱਕ ਮੁਲਕ ਚਾਹੁੰਦਾ ਹੈਗਾ ਦੂਜੇ ਮੁਲਕ ਦੇ ਉੱਪਰ ਮੈਂ ਪਾਰੂ ਹੋਜਾਂ ਮਾ ਪਾਰੂ ਪੈ ਜਾਮਾ ਦੂਜਾ ਮੁਲਕ ਚਾਹੁੰਦਾ ਹੈਗਾ ਆ ਕਿ ਮੈਂ ਇਹਦੇ ਨਾਲ ਮਾੜੀ-ਮੋਟੀ ਸੰਧੀ ਕਰਕੇ ਤੇ ਤੀਜੇ ਦੇ ਉੱਪਰ ਕਾਬਜ਼ ਹੋ ਜਾਈਏ ਸੋ ਇਹ ਸਾਰੀ ਜਿਹੜੀ ਖੇਡ ਹੈਗੀ ਆ ਐਦਾਂ ਚੱਲਦੀ ਆ ਜਿਸ ਧਰਤੀ ਦੇ ਉੱਪਰ ਆਪਾਂ ਰਹਿ ਰਹੇ ਹੈਗੇ ਆ ਪੰਜਾਬ ਦੇ ਵਿੱਚ ਜਿੱਥੇ ਮੈਂ ਰਹਿ ਰਿਹਾ ਹੈਗਾ ਇਸ ਧਰਤੀ ਦੇ ਉੱਪਰ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਇਆ ਕਰਦਾ ਸੀ ਅੱਜ ਉੱਥੇ ਭਾਰਤ ਦਾ ਰਾਜ ਹੈਗਾ ਅੱਜ ਭਾਰਤ ਸਰਕਾਰ ਉੱਥੇ ਕਾਬਜ਼ ਹੈ ਹੁਣ ਸਿੱਖ ਚਾਹੁੰਦੇ ਆ ਕਿ ਸਾਡਾ ਕਦੀ ਇੱਥੇ ਰਾਜ ਹੁੰਦਾ ਸੀਗਾ ਸਾਨੂੰ ਆਪਦਾ ਰਾਜ ਮਿਲਣਾ ਚਾਹੀਦਾ ਪਰ ਸਰਕਾਰ ਕਬਜ਼ਾ ਛੱਡਣ ਨੂੰ ਤਿਆਰ ਨਹੀਂ ਉਹ ਕਹਿੰਦੇ ਨਹੀਂ ਤੁਸੀਂ ਸਾਡਾ ਇੱਕ ਹਿੱਸਾ ਹੋ ਹੁਣ ਸਿੱਖ ਆਪਣਾ ਜਦੋਜहद ਕਰ ਰਹੇ ਆ ਪੇਟੋ ਜੀ ਸਾਡੀ ਅਡਰੀ ਤੇ ਨਿਆਰੀ ਹੋਉਂਦਾ ਹਸਤੀ ਤੋਂ ਹੀ ਮੁਨਕਰ ਹੈਗੇ ਹਾਂ ਤੁਸੀਂ ਸਾਨੂੰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਨਹੀਂ ਕਰੰਦੇ ਉਹ ਜਿਹੜੀ ਗੁਰਬਾਣੀ ਸਾਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਐ ਇਸ ਮੁਲਕ ਦੇ ਵਿੱਚ ਉਸ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਗੁਰਬਾਣੀ ਦੀ ਬੇਅਦਵੀ ਹੁੰਦੀ ਐ ਇਨਸਾਫ ਤੱਕ ਨਹੀਂ ਮਿਲਦਾ ਹੈਗਾ ਔਰ ਘਟਨਾਵਾ ਬਾਅਦ ਸਤੂਰ ਜਾਰੀ ਆ ਹੋਰ ਨਾਲ ਮੁਲਕਾਂ ਦੇ ਵਿੱਚ ਇਹ ਘਟਨਾਵਾ ਨਹੀਂ ਵਾਪਰਦੀਆਂ ਇੱਥੇ ਹੀ ਕੋ ਵਾਪਰਦੀਆਂ ਨੇ ਗੱਲ ਫਿਰ ਲਮੇਰੀ ਹੋ ਜਾਣੀ ਆ ਆਪਾਂ ਗੱਲ ਕਰ ਰਹੇ ਹੈਗੇ ਆ ਕਿ ਕਿੰਨਾ ਜ਼ਿਆਦਾ ਖਰਚਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਹਥਿਆਰਾਂ ਦੇ ਉੱਪਰ ਸਨ 1970 ਦੇ ਵਿੱਚ ਕਹਿੰਦੇ ਕੁੱਲ ਆਬਾਦੀ ਦਾ ਜੋ 7.2 ਫੀਸਦੀ ਖਰਚਾ ਹੁੰਦਾ ਸੀਗਾ ਇਹ ਜਿਹੜੀ جنگ ਦੀ ਗੱਲ ਦੱਸ ਰਹੇ ਹੈਗੇ ਆ ਕਿ ਜਦੋਂ ਇਹ ਦੂਜੀ ਸੰਸਾਰ ਜੰਗ ਖਤਮ ਹੋਈਆ ਤੇ ਉਸ ਤੋਂ ਬਾਅਦ ਸੰਸਾਰ ਦੇ ਵਿੱਚ ਹਥਿਆਰਾਂ ਦੀ ਇੱਕ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੁਣ ਇੱਕ ਕਹਿੰਦਾ ਵੀ ਓਕੋ ਫਲਾਨੀ ਚੀਜ਼ ਹੈਗੀ ਆ ਓਕੋ ਫਲਾਨਾ ਐਟਮਿਕ ਬੰਬ ਹੈਗਾ ਆ ਓਕੋ ਫਲਾਨਾ ਪਰਮਾਣੂ ਵੀ ਸਾਡੇ ਕੋਲ ਵੀ ਉਹ ਹੋਣਾ ਚਾਹੀਦਾ ਉਧਰ ਵਾਲੇ ਮਿਜ਼ਾਈਲ ਦਾਗਦੇ ਆ ਇਧਰ ਵਾਲੇ ਕਹਿੰਦੇ ਅੱਛਾ ਉਹਨਾਂ ਨੇ ਦਾਗ ਦਿੱਤੀ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਸਾਨੂੰ ਵਿਖਾਤਾ ਸਾਡੇ ਗਵਾਂਢੀ ਮੁਲਕ ਨੇ ਅਸੀਂ ਵੀ ਦਿਖਾ ਦਈਏ ਫਿਰ ਇਧਰ ਵਾਲੇ ਜਿਹੜੇ ਹੈਗੇ ਆ ਉਹ ਵੀ ਤਿਆਰ ਕਰਕੇ ਵਿਖਾਉਂਦੇ ਆ ਅਖਬਾਰਾਂ ਮੀਡੀਆ ਦਾ ਰਹੀਂ ਉਹ ਦੱਸਿਆ ਜਾਂਦਾ ਹੈਗਾ ਲਓ ਜੀ ਤੁਹਾਡੇ ਕੋਲ ਹੀ ਨਹੀਂ ਸਾਡੇ ਕੋਲ ਵੀ ਹੈਗਾ ਜਿੱਦਾਂ ਆਂਢੀ ਗਵਾਂਢੀ ਤੁਸੀਂ ਦੇਖੋ ਨਾ ਛੋਟੀ ਪੱਦਰ ਤੇ ਵੀ ਹਾਈ ਕੁਝ ਚੱਲਦਾ ਹੈਗਾ ਜੇ ਗਵਾਂਢੀ ਨੇ ਮੋਟਰਸਾਈਕਲ ਲੈ ਲਿਆ ਨਾ ਦੂਆ ਵੀ ਦੱਸਦਾ ਮੈਂ ਵੀ ਲੈ ਆਂਦਾ ਭਾਵੇਂ ਉਧਾਰ ਹੀ ਲੈ ਕੇ ਆਂਦਾ ਹੋਵੇ ਭਾਵੇਂ ਕਰਜ਼ਾਈ ਹੋ ਗਿਆ ਹੋਵੇ ਪਰ ਦੱਸਣਾ ਆ ਉਹਨੂੰ ਵੀ ਮੈਂ ਹੈਗਾ ਤਾਕਤਵਾਰ ਮਤਲਬ ਅੰਦਰੋਂ ਭਾਵੇਂ ਸਾਹ ਸਤਨਾ ਹੋਣ ਸਿੰਗਲ ਹੱਡੀ ਹੋਵੇ ਪਰ ਐਵੇਂ ਹੀ ਡੋਲੇ ਜਿਦੋਂ ਖਾਈ ਜਾਣੇ ਐਦਾਂ ਐਦਾਂ ਹੁਣ ਭਾਰਤ ਜਿੱਥੇ ਆਪਾਂ ਇੰਨੇ ਹੈਗੇ ਆ ਆਪਾਂ ਸਾਰੇ ਜਣੇ ਜਾਣਦੇ ਆ ਕਰਜ਼ਾਈ ਹੋਇਆ ਪਿਆ ਮੁਲਕ ਹੁਣ ਜੇ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਜਾਂ ਆਪਣੇ ਹੀ ਮੁਲਕ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਹਮ ਬਹੁਤ ਤਾਕਤਵਰ ਹੈ ਹਮ ਇਹ ਹੋਣੇ ਜਾ ਰਹੇ ਹਾਂ ਆਲੇ ਵਾਲੇ ਸਮੇਂ ਮੇ ਤਤੋਈ ਸੋਚ ਕੇ ਵੇਖੋ ਕਿਦਾਂ ਦੁਗੀਆਂ ਨੂੰ ਡਰਾਉਣ ਦੇ ਚੱਕਰਾਂ ਵਿੱਚ ਆਪਣੇ ਹੀ ਦੇਸ਼ ਦੇ ਆਮ ਲੋਕਾਂ ਦਾ ਘਾਣ ਕਰ ਰਹੇ ਆ ਔਰ ਜਿਨ੍ਹਾਂ ਚੀਜ਼ਾਂ ਦੇ ਉੱਪਰ ਪੈਸੇ ਪੂਰੀ ਮਨੁੱਖ ਜਾਤੀ ਇਕੱਲਾ ਭਾਰਤ ਨਹੀਂ ਸਾਰਿਆਂ ਦੀ ਗੱਲ ਕਰ ਲੋ ਤੁਸੀਂ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਉਸ ਤੋਂ ਬਾਅਦ ਹਥਿਆਰਾਂ ਦੀ ਮੁਕਾਬਲੇਬਾਜ਼ੀ ਦਾ ਦੌਰ ਸ਼ੁਰੂ ਹੁੰਦਾ ਆ ਹਥਿਆਰਾਂ ਦੇ ਉੱਪਰ 1970 ਦੇ ਵਿੱਚ ਕੁੱਲ ਆਬਾਦੀ ਦਾ ਜਿਹੜਾ 7.2 ਫੀਸ ਦੀ ਖਰਚਾ ਹੁੰਦਾ ਸੀਗਾ ਉਹ 1980 ਦੇ ਅੱਧ ਤੱਕ 18 ਫੀਸ ਦੀ ਤੇ ਪਹੁੰਚ ਗਿਆ ਤੇ ਹੁਣ 2022 ਜਾ ਰਿਹਾ ਆ ਹਥਿਆਰਾਂ ਦੇ ਉੱਪਰ ਜਿੰਨਾ ਖਰਚਾ 1984 ਤੱਕ ਹੋਇਆ ਸੀਗਾ ਉਸ ਪੈਸੇ ਦੇ ਨਾਲ 1,20,000 1,20,000 ਕਿਲੋਵਾਟ ਸਮਰੱਥਾ ਵਾਲੇ 300 ਤੋਂ ਵੱਧ ਥਰਮਲ ਪਲਾਂਟ ਔਰ 300 ਤੇਲ ਸੋਧਕ ਕਾਰਖਾਨੇ 1000 ਖੇਤੀ ਖਾਦਾਂ ਦੀਆਂ ਫੈਕਟਰੀਆਂ ਤੇ 1600 슈ਗਰ ਮਿੱਲਾਂ ਬਣ ਸਕਦੀਆਂ ਸਨ ਇਹ ਮਤਲਬ ਤੁਸੀਂ ਸੋਚ ਕੇ ਵੇਖੋ ਵੀ ਕਿੰਨਾ ਜ਼ਿਆਦਾ ਖਰਚਾ ਜਿਹੜਾ ਹੈਗਾ ਉਹ ਹਥਿਆਰਾਂ ਦੇ ਉੱਪਰ ਕੀਤਾ ਜਾ ਰਿਹਾ ਹੈਗਾ ਉਸ ਵਕਤ ਉਨਾ ਸਮੇਂ ਦੀ ਗੱਲ ਕਰ ਰਹੇ ਕਹਿੰਦੇ ਉਦੋਂ ਇੱਕ ਟੈਂਕ ਤਿਆਰ ਕਰਨ ਦੇ ਉੱਪਰ ਜਿੰਨਾ ਖਰਚਾ ਆਉਂਦਾ ਸੀਗਾ ਨਾ ਉਸ ਪੈਸੇ ਦੇ ਨਾਲ 30000 ਬੱਚਿਆਂ ਲਈ ਸਕੂਲਾਂ ਦੀਆਂ ਇਮਾਰਤਾਂ ਬਣ ਸਕਦੀਆਂ ਸਨ ਐਦਾਂ ਜਿਹੜੀ ਹੁਣ ਮੌਜੂਦਾ ਹਾਲਾਤ ਹੈਗੇ ਆ ਅੰਕ ਦੱਸਦੇ ਆ ਕਹਿੰਦੇ ਵੀ ਸੰਸਾਰ ਦੇ ਵਿੱਚ ਸਨ 2021 ਤੱਕ ਪਿਛਲੇ ਬਰੇ ਤੱਕ 13400 ਪਰਮਾਣੂ ਹਥਿਆਰ ਬਣ ਚੁੱਕੇ ਨੇ ਪਿਛਲੇ ਬਰੇ ਤੱਕ 13000 400 ਪਰਮਾਣੂ ਹਥਿਆਰ ਬਣ ਚੁੱਕੇ ਆ ਇਹ ਪਰਮਾਣੂ ਹਥਿਆਰ ਪਤਾ ਕਿੱਦਾਂ ਦੇ ਆ ਜਿੱਦਾਂ ਦੇ ਜਾਪਾਨ ਦੇ ਸ਼ਹਿਰਾਂ ਹਿਰੋਸ਼ੀਮਾ ਤੇ ਨਾਗਾਸ਼ਾਕੀ ਦੇ ਵਿੱਚ ਅਮਰੀਕਾ ਦੇ ਵੱਲੋਂ ਛੁੱਟੇ ਗਏ ਸੀਗੇ ਹੁਣ ਮੈਂ ਇਹ ਸੋਚਦਾ ਸੀਗਾ ਬੈਠਾ ਬੈਠਾ ਆਪਾਂ ਕਿਹੜਾ ਕਦੀ ਇਹ ਪਰਮਾਣੂ ਹਥਿਆਰ ਦੇਖਿਆ ਜਾਂ ਕਿਦਾਂ ਇੱਥੋਂ ਜਾਣਕਾਰੀ ਮਿਲੀ ਆ Google ਤੋਂ ਜਾਂ ਹੋਰ ਇਧਰ ਉਧਰੋਂ ਆਪਾਂ ਇਕੱਠੀ ਕਰਦੇ ਆ ਹੁਣ ਤੁਸੀਂ ਸੋਚ ਕੇ ਵੇਖੋ ਕਿਉਂਕਿ ਨਾ ਮੈਂ ਕਦੀ ਉੱਥੇ ਗਿਆ ਕਿੰਨੇ ਜ਼ਿਆਦਾ ਘਾਤਕ ਸੀਗੇ ਉਹਨਾਂ ਸਮੇਂ ਦੇ ਵਿੱਚ 1945 ਦੇ ਵਿੱਚ ਔਰ ਉਸ ਤੋਂ ਬਾਅਦ ਤਰੱਕੀ ਕੀਤੀ ਆ ਵਿਗਿਆਨਕਾਂ ਦੇ ਹਿਸਾਬ ਨਾਲ ਤੇ ਹਕੂਮਤਾਂ ਦੇ ਹਿਸਾਬ ਨਾਲ ਕਿ ਹਮ ਬਹੁਤ ਤਰੱਕੀ ਕਰ ਰਹੇ ਹਾਂ। ਹਮਾਰਾ ਦੇਸ਼ ਵਿਕਾਸ ਦੀ ਬੁਲੰਦੀਆਂ ਕੋਛੂਰਾ। ਹੁਣ ਤੁਸੀਂ ਸੋਚ ਕੇ ਵੇਖੋ ਉਸ ਵੇਲੇ 45 ਦੇ ਵਿੱਚ 1945 ਵਿੱਚ ਇੰਨੇ ਘਾਤਕ ਸਗੇ ਇਹ ਬੌਮ ਜਿਹੜੇ ਆ ਔਰ ਉਸ ਤੋਂ ਬਾਅਦ ਹੁਣ ਤੱਕ ਤਾਂ ਉਹਨਾਂ ਦੀ ਤਰੱਕੀ ਦੇ ਹਿਸਾਬ ਨਾਲ ਇਹਨਾਂ ਨੂੰ ਹੋਰ ਜ਼ਿਆਦਾ ਘਾਤਕ ਬਣਾ ਦਿੱਤਾ ਗਿਆ ਹੋਊਗਾ ਔਰ ਪੂਰੇ ਸੰਸਾਰ ਦੇ ਵਿੱਚ ਇਦਾਂ ਦੇ ਘਾਤਕ ਪਰਮਾਣੂ ਹਥਿਆਰ 13000 ਤੇ 400 ਆ ਹੁਣ ਤੁਸੀਂ ਸੋਚ ਕੇ ਵੇਖੋ ਭਈ ਇੰਨੇ ਜ਼ਿਆਦਾ ਇਹ ਜਿਹੜੇ ਪਰਮਾਣੂ ਬੰਬਾਂ ਦਾ ਸੰਸਾਰ ਦੇ ਵਿੱਚ ਇੰਨੇ ਜ਼ਿਆਦਾ ਭੰਡਾਰ ਜਮ੍ਹਾਂ ਹੋ ਚੁੱਕੇ ਆ ਭਈ ਜੇ ਕਿਤੇ ਇਹ ਬੰਬ ਵਰਤੇ ਜਾਣ ਨਾ ਤਾਂ ਸਾਰੀ ਧਰਤੀ ਸਾਰੀ ਮਨੁੱਖ ਜਾਤੀ ਸਾਰੀ ਬਨਸਪਤ ਸਾਰਾ ਕੁਝ ਤਬਾਹ ਹੋ ਜਵੇ ਕਿਹਦੀ ਬਦੌਲਤ ਭਲਾ ਸਾਡੀ ਬਦੌਲਤ ਮਨੁੱਖਾਂ ਦੀ ਬਦੌਲਤ ਉਹ ਉਹਨਾਂ ਦੀ ਬਦੌਲਤ ਸਾਡੀਆਂ ਦੀ ਬਦੌਲਤ ਜਿਹੜੇ ਇੱਕ ਪਰਮਾਤਮਾ ਤੋਂ ਟੁੱਟ ਕੇ ਜਿਹੜੇ ਇਹ ਸੋਚਦੇ ਆ ਕਿ ਆ ਸਾਡਾ ਆ ਸਾਡਾ ਉਹਦੇ ਤੇ ਵੀ ਕਾਬੂ ਪਾਲ ਮੈਂ ਉਹਦੇ ਤੇ ਵੀ ਮੈਂ ਭਾਰੂ ਹੋ ਜਾਮਾ ਉਹਨੂੰ ਵੀ ਮੈਂ ਜਿੱਤ ਲਵਾਂ ਸਾਡੀ ਇਸ ਜਿੱਤ ਦੀ ਹੋੜ ਨੇ ਆਪਣੇ ਲੋਕਾਂ ਦੇ ਹੱਕ ਹਕੂਕ ਵੀ ਖੋਏ ਹੋਏ ਆ ਹੁਣ ਮੈਂ ਤੁਹਾਡੇ ਨਾਲ ਭਾਰਤ ਦੀ ਜ਼ਰੂਰ ਗੱਲ ਇੱਕ ਕਰਨੀ ਚਾਹੂੰਗਾ ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਬੇਟਾ ਸਰਦਾਰ ਇਮਾਨ ਸਿੰਘ ਮਾਨ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਸ਼ਾਇਦ ਕਈਆਂ ਨੂੰ ਉਹ ਗੱਲ ਬਹੁਤੀ ਸਮਝ ਨਾ ਆਈ ਹੋਊਗੀ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕੀਤੀ ਸੀਗੀ ਕਹਿੰਦੇ ਕਿ ਭਾਰਤ ਦੀ ਸਰਕਾਰ ਜਦੋਂ ਕੋਈ ਫੈਸਲੇ ਲੈਂਦੀ ਆ ਵੀ ਫਲਾਨੀ ਸੰਧੀ ਤੋੜਨੀਆਂ ਫਲਾਨੀ ਸੰਧੀ ਫਲਾਨੇ ਨਾਲ ਕਰਨੀਆਂ ਉਹਦੇ ਬਾਰੇ ਉਹਨਾਂ ਨੇ ਗੱਲ ਆਖੀ ਸੀਗੀ ਕਹਿੰਦੇ ਵੀ ਜੋ ਕੋ ਮੰਤਰੀ ਪਦਰ ਤੇ ਸਮੁੱਚੇ ਸੰਸਾਰ ਵਿੱਚ ਜਮਹੂਰੀਅਤ ਅਤੇ ਅਮਨ ਚੈਨ ਨੂੰ ਕਾਇਮ ਰੱਖਣ ਵੱਖ-ਵੱਖ ਮੁਲਕਾਂ ਵਿੱਚ ਪਰਮਾਣੂ ਬੰਬ ਤੇ ਪਰਮਾਣੂ ਹਥਿਆਰਾਂ ਦੇ ਜੋ ਭੰਡਾਰ ਹਨ ਉਹਨਾਂ ਨੂੰ ਘਟ ਕਰਨ ਜਾਂ ਖਤਮ ਕਰਨ ਲਈ ਬਣਾਈ ਗਈ ਕੋਮੰਤਰੀ ਸੰਧੀ ਐਨ ਪੀਟੀ ਨੂੰ ਤਾਂ ਇੰਡੀਆ ਨੇ ਪ੍ਰਵਾਨ ਹੀ ਨਹੀਂ ਕੀਤਾ ਤੇ ਨਾ ਹੀ ਉਹਦੇ ਉੱਤੇ ਅੱਜ ਤੱਕ ਦਸਤਖਤ ਕੀਤੇ ਹਨ ਜੇ ਇੰਡੀਆ ਦੇ ਹੁਕਮਰਾਨ ਹਰ ਤਰ੍ਹਾਂ ਦੇ ਸਰਕਾਰੀ ਜ਼ਬਰ ਜ਼ੁਲਮ ਬੇਇਨਸਾਫੀਆਂ ਵਿਤਕ੍ਰਿਆ ਨੂੰ ਖਤਮ ਕਰਨ ਦੇ ਲਈ ਸੰਜੀਦਾ ਹੁੰਦੇ ਤੇ ਸਮੁੱਚੇ ਸੰਸਾਰ ਚ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਕਾਇਮ ਕਰਨ ਦੇ ਲਈ ਗੰਭੀਰ ਹੁੰਦੇ ਤਾਂ ਐਨਪੀਟੀ ਦੇ ਉੱਤੇ ਦਸਤਖਤ ਕਰਨਾ ਇਹਨਾਂ ਦਾ ਪਹਿਲਾ ਫਰਜ਼ ਬਣਦਾ ਸੀ ਸੋਖੇ ਸ਼ਬਦਾਂ ਦੇ ਵਿੱਚ ਆਪਾਂ ਇਹਨੂੰ ਕਰ ਲੈਨੇ ਆਂ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਰਤ ਦੀ ਸਰਕਾਰ ਇੱਕ ਜਿਹੜੀ ਅਹਮ ਹੈਗੀ ਆ ਸੰਧੀ ਐਨਪੀਟੀ ਇਸ ਸੰਧੀ ਦੇ ਉੱਪਰ ਭਾਰਤ ਨੇ ਦਸਤਖਤ ਨਹੀਂ ਕੀਤੇ ਹੈਗੇ ਇਹ ਸੰਧੀ ਇਹੀ ਆ ਕਿ ਜਿਹੜੇ ਇਹ ਪਰਮਾਣੂ ਹਥਿਆਰ ਘਾਤਕ ਜਿਹੜੀ ਪੂਰੀ ਮਨੁੱਖਤਾ ਦੇ ਵਾਸਤੇ ਘਾਤਕ ਆ ਇਹ ਘਟ ਕੀਤੇ ਜਾਣਾ ਹਥਿਆਰ ਜਾਂ ਖਤਮ ਕਰ ਦਿੱਤੇ ਜਾਣ ਇਹ ਇੱਕ ਇਦਾਂ ਦੀ ਸੰਧੀ ਆ ਭਾਰਤ ਨੇ ਇਸ ਸੰਧੀ ਦੇ ਉੱਪਰ ਸਰਦਾਰ ਮਾਨ ਸਾਹਿਬ ਦਾ ਬੇਟਾ ਇਮਾਨ ਸਿੰਘ ਮਾਨ ਉਹ ਕਹਿੰਦੇ ਭੀ ਭਾਰਤ ਨੇ ਇਸ ਸੰਧੀ ਦੇ ਉੱਪਰ ਦਸਤਖਤ ਨਹੀਂ ਕੀਤੇ ਸੋਚ ਕੇ ਵੇਖੋ ਜਿਹੜੀ ਘਾਤਕ ਚੀਜ਼ ਹੈਗੀ ਆ ਉਹਨੂੰ ਰੋਕਣ ਜਾਂ ਖਤਮ ਕਰਨ ਦੇ ਵਾਸਤੇ ਭਾਰਤ ਨੇ ਉੱਥੇ ਦਸਤਖਤ ਨਹੀਂ ਕੀਤੇ ਹੈਗੇ ਉਹਨੂੰ ਪ੍ਰਵਾਨ ਨਹੀਂ ਕੀਤਾ ਇਹ ਸੰਧੀ ਨੂੰ ਦੂਏ ਬੰਨੇ ਭਾਰਤ ਆਪਣੇ ਮੁਲਕ ਦੇ ਲੋਕਾਂ ਨੂੰ ਇਹ ਕਹਿਣ ਦੀ ਜਦੋਂ ਕੋਸ਼ਿਸ਼ ਕਰਦਾ ਹੈ ਕਿ ਆਪਾਂ ਇੱਥੇ ਅਮਨ ਆਪਾਂ ਇੱਥੇ ਸ਼ਾਂਤੀ ਆਪਾਂ ਇੱਥੇ ਸਦਭਾਵਨਾ ਆਪਾਂ ਇੱਥੇ ਪਿਆਰ ਵਧਾਉਣਾ ਸਾਰਾ ਕੁਝ ਕਰਨਾ ਹੈਗਾ ਅਸੀਂ ਨਫ਼ਰਤ ਖਤਮ ਕਰਨੀ ਹੈ ਅਸੀਂ ਇਹ ਨਹੀਂ ਹੋਣ ਦੇਣਾ ਅਸੀਂ ਇੱਥੇ ਅੱਗਾਂ ਨਹੀਂ ਲੱਗਣ ਦੇਣੀਆਂ ਤਾਂ ਉਹ ਉਹਨਾਂ ਦਾ ਇਹ ਕਹਿਣਾ ਹੈਗਾ ਮਾਨ ਸਾਹਿਬ ਦਾ ਕਿ ਜੇ ਤੁਸੀਂ ਇੱਥੇ ਸਾਰਾ ਕੁਝ ਠੀਕ ਕਰਨਾ ਚਾਹੁੰਦੇ ਆ ਤੇ ਤੁਹਾਡੀ ਅੰਦਰਲੀ ਮਨਸ਼ਾ ਸਾਬਤ ਇਸ ਗੱਲ ਤੋਂ ਹੁੰਦੀ ਹੈ ਕਿ ਤੁਸੀਂ ਜਦੋਂ ਉਸ ਸੰਧੀ ਦੇ ਉੱਪਰ ਸਾਈਨ ਨਹੀਂ ਕਰਦੇ ਜਿਹੜਾ ਬੰਦਾ ਸੱਚੀ ਚਾਹੁੰਦਾ ਹੋਵੇ ਨਾ ਵੀ ਸਾਰਾ ਕੁਝ ਠੀਕ ਹੋ ਜਾਵੇ ਵੀ ਨਹੀਂ ਸਾਨੂੰ ਨਹੀਂ ਲੋੜ ਹੈਗੀ ਇਸ ਘਾਤਕ ਸਮਾਨ ਦੀ ਉਹ ਕਹਿੰਦਾ ਵੀ ਠੀਕ ਆ ਮੈਂ ਭੱਜ ਕੇ ਆਉਣਾ ਮੈਂ ਵੀ ਸਾਈਨ ਕਰਦਾ ਹਾਂ ਤੇ ਤੁਸੀਂ ਵੀ ਕਰੋ ਉਸ ਸੰਧੀ ਦੇ ਉੱਪਰ ਜਦੋਂ ਭਾਰਤ ਸਾਈਨ ਨਹੀਂ ਕਰਦਾ ਜਾਂ ਜਿਹੜਾ ਨਹੀਂ ਕਰਦਾ ਹੈਗਾ ਫਿਰ ਉਹਦੇ ਵੱਲੋਂ ਆਹ ਲਫ਼ਜ਼ ਬੋਲੇ ਜਾਣੇ ਕਿ ਅਸੀਂ ਤੇ ਐਦਾਂ ਅਸੀਂ ਤੇ ਚਾਹੁੰਨੇ ਆ ਐਦਾਂ ਸਦਭਾਵਨਾ ਪਿਆਰ ਆਪਸੀ ਇਤفاق ਸਾਰਾ ਕੁਝ ਉਸ ਵੇਲੇ ਫਿਰ ਕਿਰਦਾਰ ਉਹਦਾ ਨੰਗਾ ਹੁੰਦਾ ਵੀ ਇਹ ਇਦਾਂ ਦੇ ਕਿਰਦਾਰ ਦਾ ਮਾਲਕ ਵਾ ਹੁਣ ਆਪਾਂ ਛੋਟੀ ਜੀ ਗੱਲ ਕਰਕੇ ਸਮਾਪਤੀ ਵੱਲ ਨੂੰ ਵਧਦੇ ਆ ਹੁਣ ਭਾਰਤ ਦਾ ਜੇ ਜ਼ਿਕਰ ਆਇਆ ਹੀ ਹੈਗਾ ਤਾਂ ਹੁਣ ਤੁਸੀਂ ਵੇਖੋ ਵੀ ਜੇ ਇੱਕ ਪ੍ਰਮਾਤਮਾ ਦੇ ਬਣਾਏ ਹੋਏ ਮਨੁੱਖ ਹੁਣ ਜੇ ਇਸ ਧਰਤੀ ਦੇ ਉੱਪਰ ਸਿੱਖਾਂ ਦਾ ਰਾਜ ਹੁੰਦਾ ਸਿਗਾ ਖਾਲਸੇ ਦਾ ਰਾਜ ਹੁੰਦਾ ਸਿਗਾ ਤੇ ਜੇ ਕੋਈ ਵੀ ਮੁਲਕ ਇਸ ਗੱਲ ਦੇ ਲਈ ਸੰਜੀਦਾ ਹੋਵੇ ਵੀ ਇਹ ਲੋਕ ਮਹਿਸੂਸ ਕਰਦੇ ਆ ਕਿ ਸਾਡਾ ਸਾਡੇ ਹੱਕ ਸਭ ਤੋਂ ਖੋਏ ਜਾ ਰਹੇ ਆ ਸਾਡੀ ਸਾਡੀ ਅਡਰੀ ਤੇ ਨਿਆਰੀ ਹੋਉਂਦ ਹਸਤੀ ਉਹ ਸਾਡੀ ਬਰਕਰਾਰ ਨਹੀਂ ਰਹਿੰਦੀ ਜੇ ਉਹਨਾਂ ਨੂੰ ਇਹ ਵੀ ਲੱਗਦਾ ਹੋਵੇ ਮੈਂ ਕਿੰਨਾ ਚਲੋ ਛੱਡੋ ਮੇਰੇ ਐਦਾਂ ਵੀ ਗੱਲ ਕਰ ਲੈਨੇ ਆਂ ਕਿ ਅਸੀਂ ਤਾਂ ਇਹਨਾਂ ਦਾ ਭਲਾ ਹੀ ਚਾਹੁੰਦੇ ਹੈਗੇ ਆਂ ਭਾਵੇਂ ਸਿੱਖ ਹੋਣ ਭਾਵੇਂ ਕੋਈ ਜਦਾਂ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਕਾਲੇ ਕਾਨੂੰਨ ਨਹੀਂ ਹੈ ਜੇ ਇਹ ਵਧੀਆ ਕਾਨੂੰਨ ਹੈ ਹਮ ਕਿਸਾਨੋ ਕਾ ਭਲਾ ਚਾਹਤੇ ਹੈ ਤਾਂ ਕਿਸਾਨ ਵੀ ਕਹਿੰਦੇ ਸੀ ਭਰਾ ਸਾਨੂੰ ਤੇਰਾ ਭਲਾ ਨਹੀਂ ਚਾਹੀਦਾ ਤੂੰ ਆਪਣਾ ਭਲਾ ਆਪਣੇ ਕੋਲ ਹੀ ਰੱਖ ਐ ਵੀ ਮੰਨ ਲੋ ਚਾਹੇ ਹੁਣ ਜੇ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਨਹੀਂ ਸਿੱਖਾਂ ਨੂੰ ਸਾਡੇ ਨਾਲ ਹੀ ਰਹਿਣਾ ਚਾਹੀਦਾ ਉੱਚੇ ਭਲਾ ਹੈਗਾ ਐਦਾਂ ਵੀ ਲੱਗਦਾ ਹੋਵੇ ਵੀ ਨਹੀਂ ਸਿੱਖ ਨਾ ਘਾਟੇ 'ਚ ਰਹਿਣਗੇ ਜੇ ਆਪਣਾ ਵੱਖਰਾ ਮੁਲਕ ਤਾਂ ਤੁਸੀਂ ਕਾਹਨੂੰ ਐਵੇਂ ਇੱਕ ਦੂਜੇ ਦੇ ਨਾਲ ਐਦਾਂ ਕਰਦੇ ਆ ਨਫ਼ਰਤ ਈਰਖਾ ਦੁਬੈ ਸਾਰਾ ਕੁਝ ਵੱਧ ਈ ਆ ਤੁਸੀਂ ਕਹੋ ਵੀ ਠੀਕ ਆ ਭਾਈ ਤੁਹਾਨੂੰ ਸੰਵਿਧਾਨ ਵੀ ਕਹਿੰਦਾ ਹੈ ਵੀ ਤੁਸੀਂ ਆਪਦੇ ਤਰੀਕੇ ਨਾਲ ਆਪਣਾ ਜੀਵਨ ਬਸਰ ਕਰੋ ਆ ਪੰਜਾਬ ਤੁਹਾਡਾ ਤੁਸੀਂ ਬਣਾਓ ਆਪਣੇ ਤਰੀਕੇ ਨਾਲ ਕਾਨੂੰਨ ਉਹ ਤੇ ਸੂਬਿਆਂ ਦਾ ਕੇਂਦਰੀਕਰਨ ਕਰ ਰਹੇ ਆ ਸੂਬਿਆਂ ਦੀਆਂ ਸਰਕਾਰਾਂ ਦੇ ਕੋਲ ਹੱਕ ਹਕੂਕ ਖੋਹ ਰਹੇ ਹੈਗੇ ਸੋ ਇਸ ਤਰੀਕੇ ਦੇ ਨਾਲ ਨੁਕਸਾਨ ਹੀ ਹੁੰਦਾ ਹੈਗਾ ਇਹਦੇ ਨਾਲ ਫਾਇਦਾ ਨਹੀਂ ਹੋਣ ਵਾਲਾ ਹੈਗਾ ਸੋ ਗੱਲਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਇਹ ਮੇਰੇ ਮਨ 'ਚ ਖਿਆਲ ਆਇਆ ਸੀਗਾ ਕਿ ਅੱਜ 6 ਤਰੀਕ ਹੈਗੀ ਆ 6 ਅਗਸਤ ਇਹਨਾਂ ਦਿਨਾਂ ਦੇ ਵਿੱਚ ਨਾਗਾ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਾਪਾਨ ਦੇ ਜਿਹੜੇ ਦੋ ਸ਼ਹਿਰ ਨੇ ਅਮਰੀਕਾ ਨੇ ਪਰਮਾਣੂ ਬੰਬਾਂ ਦੇ ਨਾਲ ਜੋ ਬੰਬਾਰੀ ਕੀਤੀ ਸੀਗੀ ਜੋ ਉੱਥੇ ਇਹਨਾਂ ਜ਼ਿਆਦਾ ਨੁਕਸਾਨ ਹੋਇਆ ਸੀਗਾ ਸੋ ਮੈਨੂੰ ਲੱਗਦਾ ਕਿ ਅੱਜ ਦਾ ਦਿਨ ਸਾਨੂੰ ਯਾਦ ਦਿਵਾਉਂਦਾ ਹੈਗਾ ਕਿ ਅਸੀਂ ਵੱਖ-ਵੱਖ ਮੁਲਕਾਂ ਨੇ ਜਿਹੜੇ ਇਹ ਪਰਮਾਣੂ ਬੰਬਾਂ ਦੇ ਵੱਡੇ-ਵੱਡੇ ਢੰਡਾਰ ਜਮਾ ਕੀਤੇ ਹੋਏ ਆ ਨਾ ਇਹ ਸਾਡੀ ਸਾਰੀ ਮਨੁੱਖ ਜਾਤੀ ਵਾਸਤੇ ਘਾਤਕ ਆ ਅਸੀਂ ਤਾਂ ਹੋ ਸਕਦਾ ਕੋਈ ਗੁਨਾਹ ਕੀਤਾ ਹੋਵੇ ਤੇ ਸਾਡੇ ਨਾਲ ਕੋਈ ਦੁਸ਼ਮਣੀ ਰੱਖਦਾ ਹੋਵੇ ਆ ਵਿਚਾਰੇ ਜੀਵ ਜੰਤੂ ਆ ਚਿੜੀਆਂ ਆ ਹੋਰ ਜੰਗਲੀ ਜਾਨਵਰ ਜਾਂ ਹੋਰ ਜਿਹੜੇ ਕੀੜੇ ਮਕੌੜੇ ਉਹਨਾਂ ਨੇ ਵਿਚਾਰਿਆਂ ਨੇ ਕਿਸੇ ਦਾ ਕੀ ਨੁਕਸਾਨ ਕੀਤਾ ਆ ਆ ਧਰਤੀ ਨੇ ਕਿਹਦਾ ਨੁਕਸਾਨ ਕੀਤਾ ਹੈਗਾ ਪਹਿਲਾਂ ਦੱਸੋ ਮੈਨੂੰ ਆ ਪਾਣੀ ਨੇ ਕਿਹਦਾ ਨੁਕਸਾਨ ਕੀਤਾ ਹੈਗਾ ਜਿੱਥੇ ਜ਼ਹਿਰ ਘੁੱਲ ਜਾਣੀਆਂ ਜਦੋਂ ਇਹ ਸਾਰਾ ਕੁਝ ਜੇ ਹੋ ਗਿਆ ਤਾਂ ਤੁਸੀਂ ਸੋਚ ਕੇ ਵੇਖੋ ਆਪਾਂ ਗੁਰਬਾਣੀ ਪੜ੍ਹਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਵਾ ਗੰਧਲੀ ਇੱਕ ਇੱਕ ਤੁਸੀਂ ਬਲਾਸਟ ਕਰੋ ਵੇਖੋ ਕਿੰਨੀ ਹਵਾ ਗੰਧਲੀ ਹੁੰਦੀ ਹੈ ਤੁਸੀਂ ਦੇਖੋ ਆਪਾਂ ਕੀ ਜ਼ਹਿਰ ਛਿੜਕ ਰਹੇ ਆਂ ਉਸ ਪ੍ਰਮਾਤਮਾ ਦੀ ਉਸ ਕਾਦਰ ਦੀ ਕੁਦਰਤ ਦੇ ਵਿੱਚ ਜ਼ਹਿਰ ਛੜਕਣ ਦਾ ਸਮਾਨ ਅਸੀਂ ਤਿਆਰ ਕਰੀ ਬੈਠੇ ਆਂ ਔਰ ਫਿਰ ਅਸੀਂ ਸੋਚਦੇ ਆਂ ਕਿ ਕਾਦਰ ਦੀ ਸਾਨੂੰ ਖੁਸ਼ੀ ਮਿਲੂਗੀ ਨਹੀਂ ਮਿਲਦੀ ਨਹੀਂ ਮਿਲਦੀ ਇਥੇ ਵੱਡ ਵੱਡੇ ਆਏ ਔਰ ਉਹ ਕਹਿੰਦੇ ਸਗੇ ਅਸੀਂ ਸਾਰਾ ਸੰਸਾਰ ਜਿੱਤ ਲੈਣਾ ਹੈਗਾ ਆ ਤਾਂ ਕਿਸੇ ਨੇ ਕਹਿ ਤਾ ਸਗਾ ਕਿ ਸਾਰਾ ਸੰਸਾਰ ਜਿੱਤਣ ਤੋਂ ਬਾਅਦ ਕੀ ਕਰੇਗਾ ਤੇ ਉਹ ਕਹਿੰਦਾ ਕਿ ਸਾਰਾ ਸੰਸਾਰ ਜਿੱਤਣ ਤੋਂ ਬਾਅਦ ਨਾ ਫਿਰ ਮੈਂ ਚੈਨ ਨਾਲ ਸੂੰਗਾ ਉਹਨੇ ਵੀ ਕਹਿ ਤਾ ਸਗਾ ਕਹਿੰਦਾ ਤੇ ਚੈਨ ਨਾਲ ਸੁਣਾ ਹੀ ਆ ਆ ਮੈਂ ਇਥੇ ਬੋਰੀ ਵਿਛਾ ਕੇ ਲੰਮਾ ਪਿਆ ਆ ਤੇ ਮੇਰੇ ਵਰਗੀ ਨੀਂਦ ਤੈਨੂੰ ਆ ਜਾਊਗੀ ਇੰਨਾ ਕੁਝ ਕਰ ਕਰਾ ਕੇ ਤੇ ਉਹ ਵੀ ਜਾਣ ਲੱਗਾ ਫਿਰ ਕਹਿ ਗਿਆ ਸਗਾ ਕਿ ਜਦੋਂ ਮੇਰੀ ਮੌਤ ਹੋਊਗੀ ਨਾ ਤੇ ਮੇਰੀਆਂ ਬਾਵਾ ਬਾਹਰ ਕੱਢਦੇ ਉਹ ਕਫਨ ਤੋਂ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਖਾਲੀ ਹੱਥ ਜਾ ਰਿਹਾ ਇਹ ਜਿਹੜੀ ਗੱਲ ਹੈਗੀ ਆ ਆਮ ਛੋਟੇ ਤੇ ਛੋਟੇ ਇਨਸਾਨ ਤੋਂ ਲੈ ਕੇ ਵੱਡੇ ਤੋਂ ਵੱਡੇ ਮੁਲਕਾਂ ਤੱਕ ਲਾਗੂ ਹੁੰਦੀ ਹੈ ਇਥੋਂ ਲੈ ਕੁਝ ਨਹੀਂ ਜਾਣਾ ਹੈਗਾ ਆਓ ਇੱਕ ਅਕਾਲ ਪੁਰਖ ਦੀ ਰਹਿਨਮਾਈ ਹੇਠ ਇੱਕ ਅਕਾਲ ਪੁਰਖ ਦੀ ਭੈ ਭਾਵਨੀ ਵਿੱਚ ਰਹਿੰਦੇ ਹੋਏ ਇੱਕ ਦੂਜੇ ਨੂੰ ਭਾਈ ਭਾਈ ਮਨ ਕੇ ਵਧੀਆ ਤਰੀਕੇ ਦੇ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਬਸਰ ਕਰਕੇ ਜਾਈਏ ਜੇ ਹੋਰ ਕਿਸੇ ਦੇ ਉੱਪਰ ਜੇ ਆਪਣੇ ਉੱਪਰ ਨਹੀਂ ਤਾਂ ਘੱਟੋ ਘੱਟ ਜੀਵ ਜੰਤੂਆਂ ਦੇ ਉੱਪਰ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਉੱਪਰ ਰਹਿਮ ਕਰੀਏ ਤਾਂ ਕਿ ਸਾਡੇ ਸੰਸਾਰ ਤੋਂ ਜਾਣ ਤੋਂ ਬਾਅਦ ਅਸੀਂ ਹਵਾ ਪਾਣੀ ਧਰਤੀ ਨੂੰ ਵਧੀਆ ਛੱਡ ਕੇ ਜਾਈਏ ਇੱਥੇ ਆ ਕੇ ਉਹ ਵਧੀਆ ਤਰ੍ਹਾਂ ਦਾ ਆਪਣਾ ਜੀਵਨ ਬਸਰ ਕਰਕੇ ਜਾਣ ਇੰਨਾ ਕੁ ਤਾਂ ਕੁਝ ਆਪਾਂ ਸੋਚ ਹੀ ਸਕਦੇ ਆ ਨਾ ਸੋ ਇਹ ਜਿਹੜੇ ਪਰਮਾਣੂ ਬੰਬ ਹੈਗੇ ਨੇ ਉਦੇ ਬਾਬਤ ਆਪਾਂ ਗੱਲ ਕੀਤੀ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਚੰਗਾ ਆਵੇ ਅਰਦਾਸ ਕਰਦੇ ਹਾਂ ਆਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਕਿ ਜਿਹੜੇ ਤਬਾਹੀ ਦੇ ਵੱਡ-ਵੱਡੇ ਪੰਡਾਰ ਅਸੀਂ ਇਕੱਠੇ ਕਰਕੇ ਬੈਠੇ ਹਾਂ ਸਾਰੇ ਮੁਲਕ ਵੀ ਕੋਈ ਇਦਾਂ ਦੀ ਵਾਹਿਗੁਰੂ ਜੀ ਬਿੱਦ ਬਣਾਓ ਵੀ ਇਹ ਨਸ਼ਟ ਹੋਣ ਤੇ ਸਾਰੇ ਜਣੇ ਆਜ਼ਾਦੀ ਦੇ ਨਿਗ ਮਾਨ ਸਕਣ ਧੰਨਵਾਦ